ਉਹ ਭਰਾਵਾ ਕੰਟਰੋਵਰਸੀ 'ਚ ਮੈਂ ਨਹੀਂ ਪੈਂਦਾ ਵੀਰੇ, ਮੈਂ ਇਹੀ ਗੱਲ ਕਲੀਅਰ ਕਰਨੀ ਤੁਹਾਨੂੰ ਚਾਹੁੰਦਾ ਵੀ ਕੰਟਰੋਵਰਸੀ ਵਾਲੀ ਜਾ ਕੇ ਮੈਨੂੰ ਪੈ ਜਾਂਦੀ ਹੈ। ਹੁਣ ਪਤਾ ਗੱਲ ਕੀ ਹੈ, ਹੁਣ ਮੰਨ ਲਓ ਵੀ ਮੈਂ ਕਿਸੇ 5-6 ਅਨਨੋਨ ਬੰਦੇ ਨਾਲ ਜਾ ਰਿਹਾ ਹਨ, ਅਨਨੋਨ ਬੰਦਾ ਲਾ ਲਓ ਜਾਂ 4-5 ਹੋਰ ਕੋਈ ਮੇਰੇ ਦੋਸਤ ਲਾ ਲਓ, ਹੈ ਨਾ, ਕੋਈ ਮੇਰੇ ਸਰਕਲ 'ਚ ਹਰੇਕ ਦੇ ਦੋਸਤ ਵੀਰ ਭਰਾ ਹੁੰਦੇ, ਹੁਣ ਜੇ ਉਹਨਾਂ 5-6 ਚੋਂ ਵੀ ਕਿਸੇ ਨੇ ਗਲਤੀ ਕਰਤੀ ਉਸ ਵਾਲੀ ਮੇਰੇ ਨਾਮ ਪੈਣੀ ਹੈ, ਕਿਉਂਕਿ ਨਾਮ ਮੇਰਾ ਲੋਕਾਂ ਨੂੰ ਫਿਰ ਜਿਹੜੇ ਆਹ ਆਪਣੇ ਜਿਹੜੇ ਰਿਸ਼ਤੇਦਾਰ ਦੇ ਨਿਊਜ਼ ਚੈਨਲ ਵਾਲੇ ਇਹਨਾਂ ਨੂੰ ਫਿਰ ਮੇਰੇ ਤੋਂ ਹੀ ਮੇਰੇ ਨਾਲ ਜ਼ਿਆਦਾ ਮੋਹ ਹੁੰਦਾ ਇਹਨਾਂ ਦਾ, ਫਿਰ ਇਹਨਾਂ ਨੇ ਨਾਮ ਤਾਂ ਮੇਰੇ ਹੀ ਲਾਉਣਾ ਹੁੰਦਾ, ਚਾਹੇ ਉਹ ਗਲਤੀ ਕਿਸੇ ਦੀ ਵੀ ਹੋਵੇ ਕਿਵੇਂ ਵੀ ਹੋਵੇ, ਸਾਲੇ ਵਿੱਚ ਮੈਨੂੰ ਘੜੀ ਸਕੇ ਲਿਆਉਣਗੇ। ਆਹ ਚੀਜ਼ ਆ ਡਾਲੇ ਵੀ ਇਹਨਾਂ ਨੂੰ ਫਾਇਦਾ ਹੀ ਮੇਰੇ ਨਾਮ ਚਾਹੁੰਦਾ, ਉਹ ਫਿਰ ਮੈਨੂੰ ਤਾਂ ਵਿੱਚ ਨਾਲ ਦੀ ਨਾਲ ਉਦੀ ਨਜਾਇਜ਼ ਇਨਕਲੂਡ ਕਰ ਲੈਂਦੇ। ਪਰ ਉਹ ਵਾਹਿਗੁਰੂ ਸੱਚਾ ਜਾਣ, ਮੈਂ ਹੁਣ ਤੱਕ ਤੁਸੀਂ ਦੇਖੋ ਕਿੰਨੀਆਂ ਮੇਰੇ 'ਤੇ ਰਿਪੋਰਟਾਂ ਹੋਈਆਂ, ਕਿੰਨੀਆਂ ਕੋਈ ਚੀਜ਼ ਸਹੀ ਪ੍ਰੂਵ ਹੋਈ ਅੱਜ ਤੱਕ ਨਹੀਂ ਹੋਈ ਨਾ, ਕਿਉਂਕਿ ਸਾਰਾ ਕੁਛ ਪਲੰਦੇ ਬਣਾ ਬਣਾ ਕੇ ਸੁੱਟਿਆ ਜਾ ਰਿਹਾ ਵੀ ਕਿਵੇਂ ਨਾ ਕਿਵੇਂ ਕਰਕੇ। ਕੋਈ ਤਾਂ ਇਹ ਚਾਹੁੰਦਾ ਵੀ ਜੇ ਤਾਂ ਪਿਆਰ ਨਾਲ ਨਹੀਂ ਲੋਟ ਆਉਂਦਾ ਤਾਂ ਫਿਰ ਫਰਜ਼ੀ ਕਰਾ ਕੇ ਦਬਾ ਕੇ ਦੇਖ ਲਈਏ, ਹੈ ਨਾ, ਵੀ ਐਵੇਂ ਸਕੀਮਾਂ ਲਾ ਕੇ ਇਹ ਸਾਰੇ ਜਿਹੜੇ ਸਿਸਟਮ ਵਾਲੇ ਨੇ ਵਕੀਲ ਆਪਣੀ ਵਕੀਲੀ ਚਮਕਾਈ ਜਾਂਦੇ ਆ, ਬਈ ਚੈਨਲ ਵਾਲੇ ਆਪਣੀ ਚੈਨਲ ਚਮਕਾਈ ਜਾਂਦੇ ਨੇ, ਪਰ ਕਿਸੇ ਨੂੰ ਮਿਲਣਾ ਕੁਛ ਨਹੀਂ, ਹੈ ਨਾ। ਮੈਂ ਤਾਂ ਤੁਹਾਨੂੰ ਇੱਕੋ ਹੀ ਗੱਲ ਕਹਿਣਾ ਵੀ ਹੋਕੀ ਚੱਕਾ ਚੌਂਦ ਦੇ ਚੱਕਰਾਂ 'ਚ ਵੀਰੇ ਕੁਛ ਨਹੀਂ ਪਤਾ, ਕੁਛ ਵੀ ਨਿਕਲਣਾ। ਮੈਂ ਤੁਹਾਨੂੰ ਇੰਨੀ ਗੱਲ ਦੱਸਦਾ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਸਾਰਾ ਕੁਛ ਦੇਖ ਰਿਹਾ। ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਜ਼ਮੀਰਾਂ ਵੇਚ ਕੇ ਕੰਮ ਨਾ ਕਰੋ ਮੇਰਾ ਵੀਰ, ਹੈ ਨਾ। ਜੇ ਤੁਹਾਨੂੰ ਕੋਈ ਸੱਚੀ ਐਂ ਲੱਗਦਾ ਵੀ ਭੈਣ ਚੋਏ ਨਜਾਇਜ਼ ਗਲਤ ਹੈ, ਹੈ ਨਾ, ਉਹਨੂੰ ਆਪੇ ਸਜ਼ਾ ਦੇ ਦੇਣੀ ਆ ਵਾਹਿਗੁਰੂ ਨੇ। ਜਿੱਥੇ ਮੈਂ ਗਲਤ ਹੋਊਂਗਾ ਮੈਂ ਨਿਕਲ ਹੀ ਨਹੀਂ ਸਕਦਾ, ਅਤੇ ਜਿੱਦਣ ਉਹਨੇ ਸਜ਼ਾ ਦਿੱਤੀ ਆ ਉਹ ਸਾਰਿਆਂ ਨੂੰ ਰਗੜ ਦਿੰਦਾ, ਹੈ ਨਾ। ਬਸ ਮੈਂ ਇੰਨੀ ਗੱਲ ਹੀ, ਆਪਾਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਵੀ ਮੈਂ ਤੁਹਾਨੂੰ ਇੱਕ ਵਾਰੀ ਪਹਿਲਾਂ ਵੀ ਲਾਈਵ 'ਚ ਕਿਹਾ ਸੀ ਵੀ ਜਿਹੜੀਆਂ ਚੀਜ਼ਾਂ ਦੇ ਜਵਾਬ ਵਕਤ ਦਿੰਦਾ ਨਾ, ਹੈ ਨਾ, ਅਤੇ ਫਿਰ ਉਹ ਇਹੋ ਜਿਹੇ ਜਵਾਬ ਦਿੰਦਾ ਵੀ ਮੁੜ ਕੇ ਮੁੰਡਾ ਕੁਸ਼ਚਨ ਕਰਨ ਵਾਲੇ ਨਹੀਂ ਰਹਿੰਦਾ ਮੁੜ ਕੇ, ਹੈ ਨਾ। ਅਤੇ ਇਹ ਮੈਂ ਹੋਰ ਮੈਂ ਕੁਛ ਜ਼ਿਆਦਾ ਕੁਛ ਮੈਂ ਨੈਗੇਟਿਵ ਵਰਡ ਨਹੀਂ ਕਹਿਣਾ ਚਾਹੁੰਦਾ ਵੀ, ਪਰ ਇਹ ਵੀ ਲਗਾਉੜਾਂ ਨਾਲ ਮੁਕਾਬਲਾ ਕੋਈ ਨਹੀਂ ਹੈਗਾ ਆਪਣਾ, ਆਪਾਂ ਆਪਦਾ ਨਜ਼ਾਰੇ ਲੈਂਦੇ ਆਪਣੀ ਜ਼ਿੰਦਗੀ ਦੇ, ਆਪਣਾ ਕੋਈ ਕਿਹੜਾ ਕੋਈ ਕੁਛ ਆਪਾਂ ਕੁਛ ਨਸ਼ੇ ਥੋੜ੍ਹੀ ਵੇਚਦੇ ਹਾਂ, ਸਮਗਲਰ ਥੋੜ੍ਹੀ ਹਾਂ ਆਪਾਂ, ਆਪਾਂ ਉਹਦਾ ਕੰਮ ਕਰ ਰਹੇ ਹਾਂ। ਮੈਂ ਕਹਾਉਣਾ ਇੱਕ ਗਾਉਣ ਵਾਲਾ, ਹੈ ਨਾ, ਮੇਰਾ ਕੰਮ ਹੈ ਗਾਉਣਾ, ਜੋ ਮੈਂ ਉਹਦਾ ਹੂਬ ਹੂ ਕਰ ਰਿਹਾ ਉਹ ਮੈਨੂੰ ਕਰਨ ਨਹੀਂ ਦਿੱਤਾ ਜਾ ਰਿਹਾ, ਮੈਨੂੰ ਸਮਝ ਨਹੀਂ ਆ ਰਿਹਾ, ਹੈ ਨਾ, ਵੀ ਕਿਉਂ ਇਹ ਇਸ ਹਿਸਾਬ ਕਿਤਾਬ ਚੱਲ ਰਹੀ ਹੈ ਦੁਨੀਆ, ਮੇਰੇ ਨਾਲ ਐਂ ਬਿਹੇਵ ਕੀਤਾ ਜਾ ਰਿਹਾ। ਕੋਈ ਤਾਂ ਸਾਡਾ ਪੁਲਿਸ ਦਾ ਟਾਊਟ ਕਹਿੰਦਾ, ਕੋਈ ਕਹਿੰਦਾ ਇਹ ਜੀ ਗੈਂਗਸਟਰ ਹੈ ਜੀ, ਕੋਈ ਕਹਿੰਦਾ ਜੀ ਇਹ ਸਮਗਲੇ ਵੀ ਨਸ਼ੇ ਪੱਤੇ ਵਾਲੇ ਗਾਣੇ ਕਰਦਾ ਹੈ, ਕੋਈ ਕਹਿੰਦਾ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਵੀ ਸਾਲਾਂ ਪਹਿਲਾਂ ਮੈਨੂੰ ਤਾਂ ਇਹ ਨਹੀਂ ਸਮਝਣਾ ਵੀ ਤੁਸੀਂ ਆਪਦੇ ਆਪ ਨੂੰ ਜਸਟੀਫਾਈ ਕਰੋ ਵੀ ਮੈਂ ਹੈਗੀ ਹਾਂ, ਠੀਕ ਹੈ ਨਾ। ਆਪਾਂ ਤਾਂ ਮੈਂ ਆਪਦੇ ਆਪ ਨੂੰ ਕਹਿੰਦਾ ਵੀ ਆਪਾਂ ਤਾਂ ਆਮ ਘਰ ਦੇ ਮੁੰਡੇ ਹਾਂ, ਵੀ ਆਪਾਂ ਤਾਂ ਆਪਦਾ ਕੰਮ ਕਰ ਰਹੇ ਹਾਂ ਵੀਰੇ, ਹੈ ਨਾ, ਵੀ ਤੁਹਾਨੂੰ ਘੱਟੋ ਘੱਟ ਤੁਹਾਨੂੰ ਆਪ ਨੂੰ ਨਹੀਂ ਪਤਾ ਵੀ ਡੈਫੀਨੇਸ਼ਨ ਅਸੀਂ ਕਹਿਣਾ ਕੀ ਹੈ, ਕਿਸੇ ਨੂੰ ਕੀ ਕਹਿਣਾ, ਹੈ ਨਾ। ਇਹ ਵਿਹਲੜ ਨੇ ਜਿਹੜੇ ਸਾਲੇ ਸਾਰੀ ਜ਼ਿੰਦਗੀ ਕਿਸੇ ਜਗ੍ਹਾ 'ਤੇ ਟੀ ਵੀ ਕਿਸੇ ਨੂੰ ਟੀ ਵੀ ਨਹੀਂ ਇਹਨਾਂ ਨੇ ਦੇਖਿਆ ਨਹੀਂ ਹੈਗਾ, ਅਤੇ ਇੰਟਰਵਿਊ ਦੇਣਾ ਦਾ ਮੌਕਾ ਆ ਗਿਆ ਜੀ, ਹਾਂਜੀ ਅਸੀਂ ਸਿੱਧੂ ਨੂੰ ਐਂ ਕਰਤਾ ਐਂ ਕਰਤਾ। ਮੈਂ ਤੁਹਾਨੂੰ ਇੱਕ ਗੱਲ ਕਹਿੰਦਾ ਮਿੱਤਰੋ, ਜਿੱਥੇ ਵਾਹਿਗੁਰੂ ਦੀ ਅਦਾਲਤ ਸਟਾਰਟ ਹੋ ਗਈ ਨਾ, ਤੁਹਾਡੀਆਂ ਅਦਾਲਤਾਂ ਨੇ ਉੱਥੇ ਕੱਖ ਨਹੀਂ ਕਰਨਾ, ਠੀਕ ਹੈ ਨਾ। ਆ ਜਿਹੜਾ ਸਿਸਟਮ ਲਾਉਂਦਾ ਨਾ, ਜੋ ਆ ਤੁਸੀਂ ਕਰ ਰਹੇ ਹੋ ਕਾਨੂੰਨ, ਮੈਂ ਸਾਰਿਆਂ ਦੀ ਇੱਜ਼ਤ ਕਰਦਾ, ਪਰ ਜਿਹੜਾ ਤੁਸੀਂ ਆ ਸੱਚੇ ਪਾਤਸ਼ਾਹ ਵਾਹਿਗੁਰੂ ਦੀ ਜਿਹੜੀ ਅਦਾਲਤ ਹੈ ਨਾ, ਉਸ ਅਦਾਲਤ ਦੇ ਵਿੱਚ ਸਾਡੀ ਸਿੱਧੀ ਗੱਲਬਾਤ ਹੈ, ਠੀਕ ਹੈ ਨਾ। ਜੋ ਅਸੀਂ ਪਰਮਾਤਮਾ ਅੱਗੇ ਤੁਹਾਡਾ ਸਿਰ ਝੁਕਦਾ ਅਤੇ ਉਹ ਸਾਡੇ ਨਾਲ ਇੱਕ ਡਾ ਕੇ ਖੜਦਾ, ਇਸ ਚੀਜ਼ ਦਾ ਸਬੂਤ ਤੁਹਾਨੂੰ ਮਿਲ ਵੀ ਰਿਹਾ ਅਤੇ ਤੁਹਾਨੂੰ ਅੱਗੇ ਵੀ ਮਿਲੂਗਾ। ਜਿਹੜੇ ਸਾਡੇ ਨਾਲ ਨਜਾਇਜ਼ ਗੱਲਾਂ ਬਾਤਾਂ ਮਾਰ ਰਹੇ ਹੋ, ਇੰਟਰਵਿਊਆਂ ਦੇ ਚਾਅ 'ਚ ਹੋਬ ਹੋਬ ਆ ਕੇ ਕਾਲੇ ਕੋਟ ਪਾ ਕੇ ਖੜ ਰਹੇ ਹੋ ਤੁਸੀਂ, ਹੈ ਨਾ, ਕੋਈ ਰੌਲੇ ਵਾਲੀ ਗੱਲ ਨਹੀਂ ਮੇਰਾ ਵੀਰ, ਬੈਸਟ ਆਫ ਲੱਕ ਹੈ ਤੁਹਾਡੇ, ਤੁਹਾਨੂੰ ਜੋ ਤੁਹਾਡੇ ਤੋਂ ਹੁੰਦਾ ਤੁਸੀਂ ਕਰੋ, ਜੋ ਮੇਰੇ ਸੱਚੇ ਪਾਤਸ਼ਾਹ ਹੋਊਗਾ ਉਹ ਕਰ ਰਿਹਾ, ਠੀਕ ਹੈ ਨਾ। ਦੁਨੀਆ ਸਾਰੀ ਇੱਕ ਪਾਸੇ ਹੋਈ ਫਿਰਦੀ ਹੈ, ਪਰ ਫਿਰ ਵੀ ਉਹ ਵਾਹਿਗੁਰੂ ਹੈ ਜਿਹੜਾ ਮੋਢੇ ਦੇ ਹੱਥ ਰੱਖਿਆ ਹੋਇਆ, ਅੱਖ ਨਹੀਂ ਹੋਣਾ, ਠੀਕ ਹੈ ਨਾ ਮੇਰਾ ਵੀਰ। ਤਰੱਕੀਆਂ ਕਰੋ, ਜੋ ਜਮ ਜਮਾਂ ਤਰੱਕੀਆਂ ਕਰੋ, ਵੋਟ ਪਾਓ, ਪਰ ਸੱਚ ਦੇ ਨਾਲ ਚੱਲੋ ਮੇਰਾ ਵੀਰ। ਜੇ ਕਹਿੰਦਾ ਹੁੰਦਾ ਜਿੱਥੇ ਕਿੱਥੇ ਤੇਰੀ ਪੁੱਤਰਾ ਜ਼ਮੀਰ ਮੁੱਕ ਗਈ, ਹੈ ਨਾ, ਜਿੱਥੇ ਜ਼ਮੀਰ ਮੁੱਕ ਗਈ ਉਹ ਜੇ ਕੰਮ ਨਾ ਕਰੋ, ਜਿਹੜਾ ਨਹੀਂ ਬਾਕੀ ਛੱਡੋ ਲੰਡੂਆਂ ਦਾ ਕੀ ਹੈ, ਤਾਂ ਗੱਲਾਂ ਬਾਤਾਂ ਚੱਲੀਆਂ ਰਹਿੰਦੀਆਂ ਨੇ। ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਸਾਰਿਆਂ ਨੂੰ, ਸੋਨਮ ਬਾਜਵਾ ਸਿੱਧੂ ਬਲੈਟਡ ਹੈਪੀ ਬਰਥਡੇ, ਯੂ ਆਰ ਬਲੈਸਡ, ਥੈਂਕ ਯੂ ਸੋਨਮ ਜੀ, ਥੈਂਕ ਯੂ।